हेलो डियर स्टूडेंट्स, वेलकम टू ऑनलाइन क्लास। आज आप करांगे 8वीं क्लास का 13वां पाठ, दलेरी की मिसाल माई भागो। इतिहास विच माई भागो का नाम बड़े सत्कार नाल लिया जाता है। माई भागो का जन्म पिंड चबाल, जिला तरन तारण विखे पिता श्री मालू शाह जी दे ग्रह विखे होया। बचपन विच आप दा नाम भागपरी रखिया गया, जो बाद विच माई भागो दे नाम नाल प्रसिद्ध हुई। उन्हां दा सुभा बचपन तो ही दलेरी भरिया सी। उन्हां दे पिता जी छेवें पातशाह श्री गुरु हरगोबिंद साहिब की फौज विच शामिल हो के मुगलों विरुद्ध लड़े। दलेरी भरिया सुभा उन्हां नूं विरसे विच्चों ही प्राप्त या विरसे विच्चों ही मिलिया सी। माई भागो जी नेजेबाजी की सिखलाई घर विच ही आरंभ की। श्री गुरु अर्जन देव जी की कुरबानी अते सिखा नाल हो रही बेइंसाफी दा उन्हां दे मन उत्ते डूंघा असर होया। अजिहे समयां विरुद्ध लड़न दा फैसला किया। मुगलों की फौज ने श्री आनंदपुर साहिब को घेरा पा लिया, जिस नाल किले अंदर रसद पानी की घाट हो जाण कारण औखा वेला बनिया होया सी। अजिहा वेला देख के कुछ सिख गुरु अजिहा वेला देख के कुछ सिख गुरु जी ने बेदावा दे के घर नूं वापस आ गए। जदों ये सिख घर आए तो इन्हां दियां औरतां ने उन्हां नूं लानतां पाईयां। माई भागो जी ने उन्हां दे मन नूं बहुत झंझोड़िया। सूबा सरहद वजीर खां दियां फौजां ने पिछे हमला कर दिता। ढाब दे नेड़े सिंघां ने मोर्चे संभाल ले। गुरु जी ने नेड़े दी टिब्बी तो तीरां दी अजिही वर्खा कीती कि दुश्मन फौजां नूं भाजड़ा पै गईयां। इस लड़ाई विच माई भागो जी भी बहादुरी नाल लड़े अते गंभीर जख्मी हो गए सी। गुरु जी ने महा सिंह दे मूँह विच जल भी पाया ते इच्छा दसन लई किया। उन्होंने कहा कि जे पिता जी खुश हो ता बेदावे वाला कागज पाड़ दियो। गुरु जी ने बेदावे वाला कागज पाड़ दिता अते टुट्टी गंढ नूं मुक्तसर दा नाम दिता। इस स्थान ते ही 40 मुक्तियां दा गुरु जी ने अंतिम संस्कार अपने हत्थी किया। उत्थे सरोवर दे किनारे गुरद्वारा शहीदगंज साहिब स्थापित है। इस तो बाद माई भागो जी गुरु गोबिंद सिंह जी नाल दमदमा साहिब तो चल नदेड़ पहुँचे। इस स्थान ते
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਮਾਈ ਭਾਗੋ ਇਸ ਇਲਾਕੇ ਵਿੱਚ ਧਰਮ ਪ੍ਰਚਾਰ ਕਰਦੇ ਰਹੇ ਅਤੇ ਨਾਮ ਬੰਦਗੀ ਕਰਕੇ ਜਿੰਦਵਾੜਾ ਵਿਖੇ ਜੋਤੀ ਜੋਤ ਸਮਾ ਗਏ। ਇਸ ਸਥਾਨ 'ਤੇ ਮਾਈ ਭਾਗੋ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੰਸ਼ੋਭਿਤ ਹੈ। ਇਸ ਤੋਂ ਬਾਅਦ ਮਾਈ ਭਾਗੋ ਜੀ ਦੇ ਨਾਂ 'ਤੇ ਬਹੁਤ ਸਾਰੇ ਵਿੱਦਿਅਕ ਸੰਸਥਾਵਾਂ ਅਤੇ ਹੋਰ ਅਦਾਰੇ ਚੱਲ ਰਹੇ ਹਨ। ਉਸ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਦਾਇਕ ਬਣਿਆ ਰਹੇਗਾ। ਇਹ ਸੀ ਆਪਣਾ ਪਾਠ ਦਾ ਸਾਰ। ਹੁਣ ਕਰਦੇ ਹਾਂ ਆਪਾਂ ਪ੍ਰਸ਼ਨ ਉੱਤਰ। ਮਾਈ ਭਾਗੋ ਦਾ ਜਨਮ ਕਿਹੜੇ ਪਿੰਡ ਹੋਇਆ? ਮਾਈ ਭਾਗੋ ਦਾ ਜਨਮ ਪਿੰਡ ਚਬਾਲ ਵਿੱਚ ਹੋਇਆ। ਮਾਈ ਭਾਗੋ ਜੀ ਦੇ ਘਰ ਵਿੱਚ ਕਿਹੜੇ ਸ਼ਸਤਰ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ? ਨੇਜੇਬਾਜ਼ੀ ਦੀ। ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਕਿਹੜਾ ਨਾਂ ਬਖਸ਼ਿਆ? ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਂ ਬਖਸ਼ਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਮੁਕਤਿਆਂ ਦਾ ਸੰਸਕਾਰ ਕੀਤਾ, ਆਪਣੇ ਹੱਥੀਂ ਕੀਤਾ? 40 ਮੁਕਤਿਆਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ। ਕਿਹੜੇ ਪਿੰਡ ਵਿੱਚ ਮਾਈ ਭਾਗੋ ਜੀ ਗੁਰੂ ਚਰਨਾਂ ਵਿੱਚ? ਜਿੰਦਵਾੜਾ ਪਿੰਡ ਵਿੱਚ। ਤਾਂ ਜਿੰਦਵਾੜਾ ਪਿੰਡ ਵਿੱਚ ਮਾਈ ਭਾਗੋ ਸੀ ਜੋ ਉਹ ਗੁਰੂ ਚਰਨਾਂ ਦੇ ਨਾਲ ਜੁੜ ਗਈ। ਮਾਈ ਭਾਗੋ ਜੀ ਦਾ ਜਨਮ ਕਿੱਥੇ ਹੋਇਆ ਅਤੇ ਉਹਨਾਂ ਦੇ ਪਿਤਾ ਦਾ ਨਾਂ ਕੀ ਸੀ? ਮਾਈ ਭਾਗੋ ਦਾ ਜਨਮ ਤਰਨ ਤਾਰਨ ਜ਼ਿਲ੍ਹਾ ਚਬਾਲ ਵਿਖੇ ਪਿਤਾ ਮਾਲੋ ਸ਼ਾਹ ਜੀ ਦੇ ਘਰ ਹੋਇਆ। ਮਾਈ ਭਾਗੋ ਜੀ ਦਾ ਸੁਭਾਅ ਕਿਹੋ ਜਿਹਾ ਸੀ? ਮਾਈ ਭਾਗੋ ਜੀ ਦਾ ਸੁਭਾਅ ਦਲੇਰੀ ਭਰਿਆ ਸੀ। ਕਿਲ੍ਹੇ ਅੰਦਰ ਰਸਦ ਪਾਣੀ ਦੀ ਘਾਟ ਕਿਉਂ ਹੋ ਰਹੀ ਸੀ? ਮੁਗਲ ਫੌਜਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ, ਇਸ ਲਈ ਰਸਦ ਪਾਣੀ ਦੀ ਘਾਟ ਹੋ ਗਈ ਸੀ। ਮਹਾਂ ਸਿੰਘ ਨੇ ਗੁਰੂ ਜੀ ਨੂੰ ਕਿਹੜੀ ਇੱਛਾ ਦੱਸੀ? ਪਿਤਾ ਜੀ, ਜੇ ਤੁਸੀਂ ਖੁਸ਼ ਹੋ ਤਾਂ ਬੇਦਾਵੇ ਵਾਲਾ ਕਾਗਜ਼ ਪਾੜ ਦਿਓ। ਕਿਸ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੰਘਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ? ਮਾਈ ਭਾਗੋ ਜੀ ਦੀ ਪ੍ਰੇਰਨਾ ਦੇ ਨਾਲ ਮਾਝੇ ਦੇ ਸਿੰਘਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ। ਅਗਲੇ ਸੰਖੇਪ ਪ੍ਰਸ਼ਨ ਹੈ, ਮਾਈ ਭਾਗੋ ਜੀ ਨੇ ਅਨਿਆਏ ਵਿਰੁੱਧ ਲੜਨ ਦਾ ਫੈਸਲਾ ਕਿਉਂ ਕੀਤਾ? ਮਾਈ ਭਾਗੋ ਦੇ ਮਨ ਉੱਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਅਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਡੂੰਘਾ ਅਸਰ ਹੋਇਆ। ਇਸ ਕਰਕੇ ਉਹਨਾਂ ਇਸ ਅਨਿਆਏ ਵਿਰੁੱਧ ਲੜਨ ਦਾ ਫੈਸਲਾ ਕੀਤਾ। ਅਨੰਦਪੁਰ ਸਾਹਿਬ ਵਿਖੇ ਔਖਾ ਵੇਲਾ ਕਿਉਂ ਬਣਿਆ ਹੋਇਆ ਸੀ? ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਔਖਾ ਵੇਲਾ ਇਸ ਕਰਕੇ ਬਣਿਆ ਹੋਇਆ ਸੀ ਕਿਉਂਕਿ
ਬਾਹਰੋਂ ਉਸ ਦੁਆਲੇ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੀ ਫੌਜ ਨੇ ਘੇਰਾ ਪਾਇਆ ਹੋਇਆ ਸੀ। ਇਸ ਕਰਕੇ ਅੰਦਰ ਰਸਦ ਪਾਣੀ ਦੀ ਕਮੀ ਆ ਗਈ ਸੀ। ਉਸ ਤੋਂ ਬਾਅਦ ਹੈ ਤੀਜਾ ਪ੍ਰਸ਼ਨ, ਬੇਦਾਵਾ ਦੇਣ ਵਾਲੇ ਸਿੱਖ ਜਦੋਂ ਘਰ ਪਹੁੰਚੇ ਤਾਂ ਉਹਨਾਂ ਨਾਲ ਕੀ ਸਲੂਕ ਹੋਇਆ? ਬੇਦਾਵਾ ਦੇਣ ਵਾਲੇ ਸਿੱਖ ਜਦੋਂ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀਆਂ ਮਾਵਾਂ, ਭੈਣਾਂ ਅਤੇ ਇਸਤਰੀਆਂ ਉਹਨਾਂ ਨੂੰ ਲਾਹਣਤਾਂ ਪਾਉਣ ਲੱਗੀਆਂ। ਜਦੋਂ ਇਹਨਾਂ ਸਿੰਘਾਂ ਦਾ ਮਾਈ ਭਾਗੋ ਨਾਲ ਮੇਲ ਹੋਇਆ ਤਾਂ ਉਹਨਾਂ ਨੇ ਵੰਗਾਰ ਕੇ ਉਹਨਾਂ ਨੂੰ ਕਿਹਾ ਕਿ ਘਰ ਬੈਠਣ, ਅਤੇ ਉਹ ਆਪ ਇਹਨਾਂ ਦੀ ਥਾਂ ਮੈਦਾਨ ਵਿੱਚ ਜਾ ਕੇ ਲੜਨਗੀਆਂ। ਮਾਈ ਭਾਗੋ ਦੇ ਇਹਨਾਂ ਚੋਲਾਂ ਦੇ ਨੇ ਇਹਨਾਂ ਬੇਦਾਵਿਆਂ ਸਿੱਖਾਂ ਦੀ ਆਤਮਾ ਨੂੰ ਝੰਜੋੜ ਸੁੱਟਿਆ। ਗੁਰੂ ਜੀ ਦੇ ਬੇਦਾਵਾ ਵਾਲਾ ਕਾਗਜ਼ ਪਾੜ ਕੇ ਕੀ ਕੀਤਾ? ਗੁਰੂ ਜੀ ਨੇ ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢ ਦਿੱਤੀ ਅਤੇ ਸ਼ਹੀਦ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ। ਉਹਨਾਂ ਨੇ ਸ਼ਹੀਦ 40 ਸਿੰਘਾਂ ਦਾ ਨਾਂ ਆਪਣੇ ਹੱਥੀਂ ਸੰਸਕਾਰ ਕੀਤਾ। ਅੱਜ ਕੱਲ੍ਹ ਮਾਈ ਭਾਗੋ ਦੇ ਨਾਂ ਨੂੰ ਕਿਵੇਂ ਯਾਦ ਰੱਖਿਆ ਜਾਂਦਾ ਹੈ? ਅੱਜ ਕੱਲ੍ਹ ਮਾਈ ਭਾਗੋ ਦੇ ਨਾਂ ਨੂੰ ਯਾਦ ਰੱਖਣ ਲਈ ਉਹਨਾਂ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਅਤੇ ਹੋਰ ਅਦਾਰੇ ਚਲਾਏ ਜਾ ਰਹੇ ਹਨ। ਫਿਰ ਹਨ ਕੁਝ ਹੋਰ ਪ੍ਰਸ਼ਨ, ਜਿਵੇਂ ਸ਼ਬਦ ਲਿਖਿਆ ਪ੍ਰਸਿੱਧ, ਪ੍ਰਸਿੱਧ ਦਾ ਤੁਸੀਂ ਵਾਕ ਵਿੱਚ ਵਰਤੋਂ ਕਰਨੀ ਹੈ ਤਾਂ ਸ਼ਬਦ ਹੈ ਪ੍ਰਸਿੱਧ। ਜਲੰਧਰ ਦੁਨੀਆ ਭਰ ਵਿੱਚ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਸ਼ਹਿਰ ਹੈ। ਨੇਜੇਬਾਜ਼ੀ ਭਾਵ ਨੇਜਾ ਚਲਾਉਣ ਦੀ ਕਲਾ ਮਾਈ ਭਾਗੋ ਜੀ ਨੇ ਘਰ ਵਿੱਚ ਹੀ ਨੇਜੇਬਾਜ਼ੀ ਦੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਸੀ। ਰਸਦ ਪਾਣੀ, ਖਾਣ ਪੀਣ ਦਾ ਸਮਾਨ ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੁਆਰਾ ਘੇਰਾ ਪਾਇਆ ਹੋਣ ਕਰਕੇ ਅਨੰਦਪੁਰ ਦੇ ਕਿਲੇ ਵਿੱਚ ਰਸਦ ਪਾਣੀ ਦੀ ਕਮੀ ਆ ਗਈ ਸੀ। ਸੰਸਕਾਰ ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਦੇ ਦਾ ਸੰਸਕਾਰ ਕੀਤਾ ਜਾਂਦਾ ਹੈ। ਪ੍ਰੇਰਣਾਦਾਇਕ ਗੁਰਬਾਣੀ ਮਨੁੱਖ ਦੇ ਜੀਵਨ ਲਈ ਬਹੁਤ ਹੀ ਪ੍ਰੇਰਣਾਦਾਇਕ ਹੈ। ਹੁਣ ਹੈ ਖਾਲੀ ਥਾਵਾਂ ਇਕਲੌਤੀ ਧੀ ਹੋਣ ਕਰਕੇ ਉਹਨਾਂ ਦਾ ਨਾਂ ਭਾਗ ਭਰੀ ਰੱਖਿਆ ਗਿਆ, ਤਾਂ ਪਹਿਲੇ ਖਾਲੀ ਥਾਂ 'ਚ ਕੀ ਆਊਗਾ? ਭਾਗ ਭਰੀ। ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ਇਕੱਲੇ ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ। ਦੂਜੇ 'ਚ ਕੀ ਆਊਗਾ? ਇਕੱਲੇ। ਤੀਜਾ, ਹਰ ਸਾਲ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਅਸਥਾਨ 'ਤੇ ਹਾਜ਼ਰੀਆਂ ਭਰਦੀਆਂ ਹਨ। ਤੀਜੇ ਖਾਲੀ ਥਾਂ 'ਚ ਆਊਗਾ ਪਾਵਨ ਅਸਥਾਨ। 40 ਮੁਕਤਿਆਂ ਨੂੰ ਰੋਜ਼ਾਨਾ ਦੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਚੌਥੇ ਦਾ ਉੱਤਰ ਹੈ ਅਰਦਾਸ। ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ
हमेशा प्रेरणादायक बनिया रहेगा। तो पंजवें च की आऊगा प्रेरणादायक। फिर अपना तीजा ते लास्ट प्रश्न शब्द लिखिए पंजाबी च हिंदी च ते अंग्रेजी च। इन तिना भाषावां दे विच तुसीं जिहड़े शब्द है वो लिखने हैं। इन तिना भाषावां दे विच तुसीं शब्द लिखने हैं पंजाबी हिंदी अंग्रेजी च। तां लास्ट प्रश्न है पंज प्रसिद्ध सिख इस्त्रियां दे नां। माता खीवी जी, माता पानी जी, माता गुजरी जी, माता सुंदरी जी ते माई भागो जी। ये सिख इतिहास दियां पंज प्रसिद्ध इस्त्रियां हन। ये सी अपना तेरवां पाठ माई भागो, जो कि पूरा हो गया। अगली वीडियो दे विच नवां लैसन करांगे। उन्ने चिर वी तुसीं इन पूरा करना। धन्यवाद।